पग पंकज बंदन पग पंकज बंदन सिमरो अंगद दोख निकंदन अमरदास गोर हृदय त्यावो हृदय त्यावो श्री गुरु रामदास गुण गावो श्री अर्जन विघ्नन के नाशक विघ्नन के नाशक श्री हर गोबिंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहो गुरु तेग बहादुर परम केर पाला परम केर पाला श्री गुरु गोबिंद सिंह बिसाला तहरों तहरा पर पुन पुन सीसा पुन पुन सीसा बंदों बार बार जगदीशा जिसमें है अमृत ज्ञान है माणक भगत बैराग श्री गुरु ग्रंथ साहिब उदत बंदों कर अनुराग एकंकार सतगुरु तेहे प्रसाद सच हो वाहे गुरु जी की फतेह विघ्न विनाशन सो सतनाम श्री वाहिगुरु साहिब जी चौपाई कार बाप का की बड़ होवै सब संगत सिर कर कर नित ढोवै खोदत खोदत जल लग गए कर रोरन को खोदत भए कार बाप का की बड़ होवै सच पातशाह गरीब नवाज दीन दुनिया दे मालक चवर छत्र तखत दे मालक समरथ गुरु प्रतख गुरु दीन दयाल कृपाल अंतर जापी पूरन पार ब्रह्म परमेश्वर वाहे गुरु अकाल पुरख स्वरूप सच्चे पातशाह
ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਸਦਾ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਬਖਸ਼ਿਸ਼ਾਂ ਮਿਹਰਾਂ ਕਰਨ ਵਾਲੇ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਅੰਤਰਜਾਮੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸਿੱਖ ਸੰਗਤਾਂ ਦੋਵੇਂ ਹੱਥ ਜੋੜ ਕੇ ਸਿਰ ਝੁਕਾ ਕੇ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਨੇ ਕਿਰਪਾ ਕੀਤੀ ਹੈ ਗੁਰੂ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੱਜ ਕੇ ਗੁਰਬਾਣੀ ਜੀ ਦਾ ਮਹਾਨ ਕੀਰਤਨ ਕਥਾ ਉਪਦੇਸ਼ ਸਰਵਣ ਕਰਨ ਵਾਸਤੇ ਆਪ ਜੀ ਸੱਜੇ ਹੋਏ ਹੋ। ਬੜੇ ਹੀ ਪਿਆਰ ਦੇ ਨਾਲ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੰਤਰ ਜਾਮੀ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਤੀਸਰੇ ਸਤਿਗੁਰੂ ਜੀ ਦੀ ਮਹਾਨ ਪਵਿੱਤਰ ਕਥਾ ਆਪ ਜੀ ਸਿੱਖ ਸੰਗਤਾਂ ਬੜੇ ਹੀ ਪਿਆਰ ਨਾਲ ਸਰਵਣ ਕਰਦੇ ਹੋ। ਇਹ ਸੰਗਤ ਜੀ ਗੁਰੂ ਘਰ ਹੈ, ਗੁਰੂ ਸਾਹਿਬ ਜੀ ਦੀ ਬਾਣੀ ਦਾ ਫੁਰਮਾਨ ਹੈ, ਸਤਿਗੁਰ ਨੂੰ ਜਿਹਾ ਕੋ ਇੱਛਦਾ ਤਿਹਾ ਫਲ ਪਾਵੇ ਕੋਏ। ਗੁਰੂ ਸਾਹਿਬ ਜੀ ਦੇ ਅੱਗੇ ਆ ਕੇ ਜਿਹੋ ਜੀ ਕੋਈ ਭਾਵਨਾ ਰੱਖਦਾ, ਜਿਤੜੇ ਫਲ ਮਨ ਬਾਂਛੀ ਹੈ ਤਿਤੜੇ ਸਤਿਗੁਰ ਪਾਸ। ਮਾਈ ਦਾਸ ਵੈਸ਼ਨੋ ਆਇਆ, ਮਾਈ ਦਾਸ ਵੈਸ਼ਨੋ ਨੇ ਜਿਹੋ ਜਿਹਾ ਫੁਰਨਾ ਰੱਖਿਆ ਕਿ ਮੈਨੂੰ ਗੁਰੂ ਅਮਰਦਾਸ ਸਾਹਿਬ ਜੀ ਇਸ ਰੂਪ ਵਿੱਚ ਦਰਸ਼ਨ ਦੇਣ। ਗੁਰੂ ਸਾਹਿਬ ਜੀ ਨੇ ਉਸੇ ਤਰ੍ਹਾਂ ਹੀ ਉਹਨਾਂ ਨੂੰ ਦਰਸ਼ਨ ਦਿੱਤੇ ਜੀ। ਇਹ ਕਥਾ ਆਪ ਜੀ ਨੇ ਕੱਲ੍ਹ ਸਰਵਣ ਕੀਤੀ। ਮਾਈ ਦਾਸ ਵੈਸ਼ਨੋ ਨੇ ਫਿਰ ਮਹਾਰਾਜ ਜੀ ਦੀ ਬਹੁਤ ਸਿਫਤ ਕੀਤੀ ਜੀ। ਉਹ ਸਿਫਤ ਵੀ ਆਪ ਜੀ ਨੇ ਸਰਵਣ ਕੀਤੀ। ਮਾਈ ਦਾਸ ਵੈਸ਼ਨੋ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਨੂੰ ਬੇਨਤੀ ਕਰਨ ਲੱਗਾ, ਮਹਾਰਾਜ ਆਪ ਮੇਰੇ 'ਤੇ ਕਿਰਪਾ ਕਰੋ ਅਤੇ ਮੈਨੂੰ ਸਦਾ ਹੀ ਆਪਣੇ ਚਰਨਾਂ 'ਚ ਰੱਖੋ। ਮਹਾਰਾਜ ਮੈਨੂੰ ਆਪਣੇ ਚਰਨਾਂ ਦੀ ਧੂੜ ਬਣਾ ਕੇ ਰੱਖੋ, ਜਿਵੇਂ ਧੂੜ ਪਈ ਰਹਿੰਦੀ ਉਵੇਂ ਮੈਂ ਤੁਹਾਡੇ ਦਰ 'ਤੇ ਪਿਆ ਰਹਾਂਗਾ। ਮੈਂ ਹਰ ਰੋਜ਼ ਆਪ ਜੀ ਦੇ ਦਰਸ਼ਨ ਕਰਾਂਗਾ, ਮੇਰੇ ਵੱਡੇ ਭਾਗ ਹੋਣਗੇ। ਬੜੀ ਉਹਨੇ ਮਹਾਰਾਜ ਦੀ ਸਿਫਤ ਕੀਤੀ। ਗੁਰੂ ਜੀ ਨੇ ਆਖਿਆ ਤੁਸੀਂ ਇੱਥੇ ਰਹੋ, 8 ਦਿਨ ਜਦੋਂ ਤੁਸੀਂ ਸਾਡੇ ਕੋਲ ਰਹੋਗੇ ਫਿਰ ਤੁਹਾਨੂੰ ਦੱਸਾਂਗੇ ਤੁਸੀਂ ਕਿਸ ਪਾਸੇ ਤੁਰਨਾ ਹੈ। ਅਸਲ ਵਿੱਚ ਜਦੋਂ ਬੰਦਾ ਮਹਾਰਾਜ ਜੀ ਦੇ ਅਨੁਸਾਰ ਚੱਲਦਾ ਹੈ ਨਾ ਜੀ, ਉਹਦੀ ਤਰੱਕੀ ਨਿਸ਼ਚਿਤ ਹੈ। ਜਿਹੜਾ ਗੁਰੂ ਸਾਹਿਬ ਜੀ ਦੇ ਬਚਨਾਂ ਦੇ ਅਨੁਸਾਰ ਚੱਲੇਗਾ ਉਹਦੀ ਬਾਹਰ ਦੀ ਤਰੱਕੀ ਵੀ ਨਿਸ਼ਚਿਤ ਹੈ, ਉਹਦੀ ਅੰਤਰ ਆਤਮੇ ਦੀ ਤਰੱਕੀ ਵੀ ਨਿਸ਼ਚਿਤ ਹੈ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਉਹਦੀ ਤਰੱਕੀ ਨਿਸ਼ਚਿਤ ਹੈ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਨੁਸਾਰੀ ਹੋ ਕੇ ਚੱਲੇਗਾ। ਸੋ ਹੁਣ ਇਹਦੇ ਤੋਂ ਅੱਗੇ ਆਪ ਜੀ ਕਥਾ ਸਰਵਣ ਕਰੋ। ਮਾਈ ਦਾਸ ਵੈਸ਼ਨੋ ਸੰਗਤਾਂ ਦੇ ਨਾਲ ਮਿਲ ਕੇ ਬਾਉਲੀ ਸਾਹਿਬ ਦੀ ਸੇਵਾ ਕਰਨ ਲੱਗ ਪਿਆ ਜੀ। ਬੇਅੰਤ ਸੰਗਤਾਂ ਬਾਉਲੀ ਸਾਹਿਬ ਜੀ ਦੀ ਖੁਦਾਈ ਦੀ ਸੇਵਾ ਕਰ ਰਹੀਆਂ ਨੇ। ਗੁਰੂ ਘਰ ਦੇ ਵਿੱਚ ਮਹਾਨ ਤੀਰਥ ਬਣ ਰਿਹਾ, ਉਹ ਹੁਣ ਕਥਾ ਅੱਗੋਂ ਚੱਲ ਰਹੀ ਹੈ। ਆਪ ਜੀ ਬੜੇ ਧਿਆਨ ਦੇ ਨਾਲ ਪ੍ਰੇਮ ਦੇ ਨਾਲ ਸਰਵਣ ਕਰੋ ਜੀ। ਦੋਵੇਂ ਹੱਥ ਜੋੜੋ, ਪ੍ਰੇਮ ਦੇ ਨਾਲ ਕਹੋ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਕਾਰ ਬਾਪਿਕਾ ਕੀ ਬਡ ਹੋਵੇ। ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਾਉਲੀ ਸਾਹਿਬ ਦੀ ਕਾਰ ਸੇਵਾ ਹੋ ਰਹੀ ਹੈ। ਬੇਅੰਤ ਸੰਗਤਾਂ, ਕੋਈ ਕਹੀਆਂ ਲੈ ਕੇ ਆਇਆ, ਕੋਈ ਟੋਕਰੀਆਂ ਲੈ ਕੇ ਆਇਆ, ਬੜੇ ਬੜੇ ਬ੍ਰਹਮ ਗਿਆਨੀ ਮਹਾਂਪੁਰਖ ਜਿਹੜੇ ਹੈ ਉਹ ਬਾਉਲੀ ਸਾਹਿਬ ਦੇ ਵਿੱਚ ਕਾਰ ਸੇਵਾ ਕਰ ਰਹੇ ਹੈ। ਸਭ ਸੰਗਤ ਸਿਰ ਕਰ ਨਿਤ ਢੋਵੇ। ਹਰ ਰੋਜ਼ ਸਾਰੀ ਸੰਗਤ ਹੀ ਆਪਣੇ ਸੀਸ 'ਤੇ ਟੋਕਰੀਆਂ ਰੱਖ ਕੇ ਮਿੱਟੀ ਦੀਆਂ ਭਰ ਕੇ ਢੋਂਦੇ ਹੈ। ਖੋਦਤ ਖੋਦਤ ਜਲ ਲੱਗ ਗਏ। ਹੌਲੀ ਹੌਲੀ ਖੋਜਦਿਆਂ ਵਾਹਿਗੁਰੂ ਖੋਦਦਿਆਂ ਖੋਦਦਿਆਂ
खुदाई करद्या 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 जल तक पहुंच गई जी संगत गज के आखो वाहेगुरु जिथों थलों जल प्रगट होना जी। ਕਰ ਰੋਰਨ ਕੋ ਦੇਖਤ ਪਏ ਪਰ ਨਾ ਜਲ ਤੋਂ ਪਹਿਲਾਂ ਇੱਕ ਰੋੜਿਆਂ ਦਾ ਕੜ ਬਣਿਆ ਹੋਇਆ ਜੀ ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਵੀ ਬੜੀ ਪੱਕੀ ਤਹਿ ਆ ਇੱਕ ਰੋੜਿਆਂ ਦੀ ਜਿਹੜੀ ਉੱਥੇ ਬੱਝੀ ਹੋਈ ਹੈ ਜੀ। ਹਾਂਜੀ ਨਹਿ ਟੂਟੈ ਬਹੁ ਯਤਨ ਕਰਤ ਹੈ ਉਹ ਹੁਣ ਸੰਗਤਾਂ ਕਈਆਂ ਮਾਰਦੀਆਂ ਆਮ ਮਿੱਟੀ ਹੋਵੇ ਤੇ ਪੁੱਟੀ ਜਾਵੇ ਜੀ ਸੰਗਤ ਉਸ ਰੋੜਿਆਂ ਦੇ ਕੜ ਤੇ ਕਈਆਂ ਮਾਰਦੀਆਂ ਉਹ ਕੜ ਟੁੱਟਦਾ ਨਹੀਂ ਜੀ। ਹਾਂਜੀ ਬੁੱਧ ਬਲ ਆਪਣੋ ਸਕਲ ਧਰਤ ਹੈ ਸਾਰੇ ਬਲ ਲਾ ਲਾ ਕੇ ਵੀ ਹਾਰ ਗਏ ਯਤਨ ਕਰ ਕਰ ਵੀ ਹਾਰ ਗਏ ਉਪਾਅ ਕਰ ਕਰ ਵੀ ਹਾਰ ਗਏ ਪਰ ਉਹ ਰੋੜਿਆਂ ਦਾ ਕੜ ਨਾ ਟੁੱਟੇ। ਤਬ ਸ਼੍ਰੀ ਅਮਰ ਨਿਕਟ ਚੱਲ ਕਹਿਓ ਫਿਰ ਸੰਗਤਾਂ ਨੇ ਕੀ ਕੀਤਾ ਜੀ ਸੰਗਤਾਂ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਗਈਆਂ ਗੱਜ ਕੇ ਆਖੋ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਜਾ ਕੇ ਬੇਨਤੀ ਕੀਤੀ ਸਤਿਗੁਰ ਨੇ ਬਿਰਤਾਂਤ ਸਭ ਲਹਿਓ ਮਹਾਰਾਜ ਜਲ ਤੱਕ ਪਹੁੰਚ ਗਏ ਹਾਂ ਪਰ ਮਹਾਰਾਜ ਅੱਗੇ ਰੋੜਿਆਂ ਦਾ ਕਾੜਾ ਆ ਗਿਆ ਉਹ ਸੱਚੇ ਪਾਤਸ਼ਾਹ ਟੁੱਟ ਨਹੀਂ ਰਿਹਾ ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੀ ਗੱਲ ਸਮਝ ਲਈ ਜੀ। ਹਾਂਜੀ ਮਾਣਕ ਚੰਦ ਪੱਥਰੀਆ ਜਾਤ ਖੱਤਰੀ ਕੁੱਲ ਸੁੰਦਰ ਦ੍ਰਿੜ ਗਾਤ ਗੱਜ ਕੇ ਆਖੋ ਵਾਹਿਗੁਰੂ ਤੇ ਇੱਕ ਸਿੱਖ ਸੀਗਾ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਜਿਹਦਾ ਨਾਮ ਸੀ ਮਾਣਕ ਚੰਦ ਪੱਥਰੀਆ ਖੱਤਰੀ ਸੀਗਾ ਜੀ ਉਹ। ਹਾਂਜੀ ਤੇਹ ਸੰਗ ਸਤਿਗੁਰ ਕੀਨ ਬਖਾਨ ਬੜਾ ਉੱਚਾ ਲੰਮਾ ਸੋਹਣੇ ਸਰੀਰ ਵਾਲਾ ਸੱਚੇ ਪਾਤਸ਼ਾਹ ਕਹਿੰਦੇ ਮਾਣਕ ਚੰਦ ਨੂੰ ਸੱਦ ਕੇ ਲੈ ਕੇ ਆਓ ਹੁਣ ਸਤਿਗੁਰੂ ਜੀ ਦਾ ਹੁਕਮ ਸੀ ਭਾਈ ਮਾਣਕ ਚੰਦ ਜੀ ਆ ਗਏ ਮਹਾਰਾਜ ਨੇ ਮਾਣਕ ਚੰਦ ਜੀ ਨੂੰ ਆਖਿਆ ਹੇ ਮਾਣਕ ਚੰਦ ਲਿਹੋ ਦੀਵਾਨ ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਹੇ ਮਾਣਕ ਚੰਦ ਲਿਹੋ ਵਿਦਾਨ ਵਿਦਾਨ ਕਹਿੰਦੇ ਹਥੌੜੇ ਨੂੰ ਮਹਾਰਾਜ ਕਹਿੰਦੇ ਮਾਣਕ ਚੰਦ ਆਪਣੇ ਹੱਥ ਵਿੱਚ ਵੱਡਾ ਹਥੌੜਾ ਫੜ ਹਾਂਜੀ ਕਰਹੋ ਜ਼ੋਰ ਤੇ ਹੱਥੋ ਬਣਾਏ ਤੇ ਬੜੀ ਜ਼ੋਰ ਦੀ ਜਦੋਂ ਤੂੰ ਉਹ ਥੋੜਾ ਮਾਰੇਗਾ ਨਾ ਕੜ ਉੱਤੇ ਹਾਂਜੀ ਸੁਣ ਕਰ ਚਰਨ ਪਰਿਓ ਸਹਿਸਾਏ ਤੇ ਉਹ ਕੜ ਟੁੱਟ ਪਏਗਾ ਤੇ ਜਲ ਪ੍ਰਗਟ ਹੋ ਜਾਏਗਾ ਗੱਜ ਕੇ ਆਖੋ ਵਾਹਿਗੁਰੂ ਹੁਣ ਇਹ ਸੁਣ ਕੇ ਮਾਣਕ ਚੰਦ ਜੀ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਢਹਿ ਪਏ ਜੀ। ਹਾਂਜੀ ਗੁਰ ਨਿਜ ਕਰ ਤੇ ਪੀਠ ਧਰਿਓ ਹੈ ਮਹਾਰਾਜ ਨੇ ਪਿੱਠ ਤੇ ਹੱਥ ਮਾਰਿਆ ਜੀ ਸ਼ਾਬਾਸ਼ ਦਿੱਤੀ ਮਾਣਕ ਚੰਦ ਨੂੰ ਮਾਣਕ ਚੰਦ ਜੀ ਸੱਚੇ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ ਤੇ ਤੁਰ ਪਏ ਜੀ। ਹਾਂਜੀ ਲੇ ਵਿਧਾਨ ਕੋ ਬੀਚ ਪਰਿਓ ਹੈ ਹੁਣ ਉਹ ਡੂੰਘੀ ਥਾਂ ਤੇ ਜਾਣਾ ਪੈਣਾ ਸੀਗਾ ਜੀ ਜਲ ਕੱਢਣਾ ਨਾ ਤੇ ਖੁਦਾਈ ਬੜੀ ਡੂੰਘੀ ਹੋ ਚੁੱਕੀ ਹੈ ਤੇ ਮਾਣਕ ਚੰਦ ਦੀ ਉਸ ਬੌਲੀ ਦੇ ਵਿੱਚ ਹਥੌੜਾ ਲੈ ਕੇ ਤੇ ਅੰਦਰ ਪ੍ਰਵੇਸ਼ ਹੋ ਗਏ ਜੀ। ਹਾਂਜੀ ਕਰ ਕੋ ਕਰ ਬਲ ਮਾਰਤ ਭਇਓ ਜਦੋਂ ਮਹਾਰਾਜ ਜੀ ਨੂੰ ਯਾਦ ਕਰਕੇ ਪੂਰੇ ਬਲ ਦੇ ਨਾਲ ਹਥੌੜਾ ਉਸ ਕੜ ਉੱਤੇ ਮਾਰਿਆ ਟੁੱਟਿਓ ਜਲ ਸੋਂ ਥਲ ਭਰ ਗਇਓ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ ਥੱਲੇ ਜਲ ਸੀਗਾ ਜੀ ਉਹ ਜਦੋਂ ਮਾਰਿਆ ਨਾ ਹਥੌੜਾ ਤੇ ਕੜ ਟੁੱਟਿਆ ਉਸੇ ਵੇਲੇ ਜਲ ਪ੍ਰਗਟ ਹੋ ਗਿਆ ਜੀ। ਹਾਂਜੀ ਬੂਢਿਓ ਮਾਣਕ ਹਾਨੇ ਪ੍ਰਾਨ ਪਰ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ ਉਹ ਇੱਕਦਮ ਜਦੋਂ ਜਲ ਪ੍ਰਗਟ ਹੋਇਆ ਤੇ ਮਾਣਕ ਚੰਦ ਜੀ ਆਪਣਾ ਆਪਾ ਨਾ ਸੰਭਾਲ ਸਕੇ ਉਹ ਜਲ ਦੇ ਵਿੱਚ ਹੀ ਡੁੱਬ ਗਏ ਜੀ ਕਿਉਂ ਇੱਕਦਮ ਉਹ ਉੱਤੇ ਨਹੀਂ ਸੀ ਆ ਸਕਦੇ ਅਤੇ ਪਾਣੀ ਇੱਕਦਮ ਉੱਤੇ ਆ ਗਿਆ ਜੀ ਅਤੇ ਮਾਣਕ ਚੰਦ ਜੀ ਡੁੱਬ ਪਏ ਅਤੇ ਲਾਸ਼ ਜਿਹੜੀ ਉਹ ਉੱਤੇ ਆ ਗਈ ਜੀ। ਵੇਖੋ ਕਮਾਲ ਦੀ ਗੱਲ ਹੈ ਕਿ ਜਦੋਂ ਬੰਦਾ ਜਿਉਂਦਾ ਹੁੰਦਾ ਜੀ ਉਦੋਂ ਡੁੱਬਦਾ ਜੀ ਅਤੇ ਜਦੋਂ ਮਰਦਾ ਨਾ ਜੀ ਉਦੋਂ ਲਾਸ਼ ਤਰਨ ਲੱਗ ਪੈਂਦੀ ਬੰਦੇ ਦੀ ਜੀ ਉਹ ਲਾਸ਼ ਸਰੀਰ ਜਿਹੜਾ ਉੱਤੇ ਆ ਗਿਆ ਜੀ
ਹਾਂਜੀ ਸਤਿਗੁਰ ਸੁਣ ਬਿਰਤੰਤ ਇਹ ਕਾਨ ਤੇ ਜਾ ਕੇ ਨਾ ਗੁਰੂ ਕੇ ਸਿੱਖਾਂ ਨੇ ਆਖਿਆ ਮਹਾਰਾਜ ਮਾਣਕ ਚੰਦ ਮਰ ਗਿਆ ਮਹਾਰਾਜ ਉਹਦਾ ਸਰੀਰ ਛੁੱਟ ਗਿਆ ਹੁਣ ਵੇਖੋ ਨਾ ਜੀ ਇੰਨਾ ਵੱਡਾ ਤੀਰਥ ਬਣਿਆ ਅਤੇ ਪਹਿਲਾ ਹਥੌੜਾ ਵੱਜਿਆ ਜਲ ਪ੍ਰਗਟ ਹੋਇਆ ਤੀਰਥ ਦੇ ਵਿੱਚ ਅਤੇ ਸਭ ਤੋਂ ਪਹਿਲਾਂ ਹੀ ਬੰਦਾ ਮਰ ਗਿਆ ਜੀ ਹਾਂਜੀ ਸਿੱਖਾਂ ਨੇ ਮਹਾਰਾਜ ਨੂੰ ਦੱਸਿਆ ਸੱਚੇ ਪਾਤਸ਼ਾਹ ਮਹਾਰਾਜ ਉਹ ਮਾਣਕ ਚੰਦ ਦੇ ਪ੍ਰਾਣ ਨਿਕਲ ਗਏ ਡੁੱਬ ਗਿਆ ਮਰ ਗਿਆ ਹਾਂਜੀ ਮਾਣਕ ਹੋਏ ਸੋ ਮਰਤੋ ਨਾਹੀ ਵਾਹਿਗੁਰੂ ਗੱਜ ਕੇ ਆਖੋ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਕਹਿਣ ਲੱਗੇ ਪਿਆਰਿਓ ਜਿਹੜਾ ਮਾਣਕ ਹੁੰਦਾ ਉਹ ਡੁੱਬਦਾ ਨਹੀਂ ਹੈ ਜੀ ਮਾਣਕ ਅਸਲ ਮਾਣਕ ਡੁੱਬਦਾ ਨਹੀਂ ਹੈ ਮਾਣਕ ਮਰਦਾ ਨਹੀਂ ਹੈ ਲੈ ਆਵੋ ਤਿਸ ਕੋ ਹਮ ਪਾਹੀ ਮਹਾਰਾਜ ਕਹਿੰਦੇ ਉਹਨੂੰ ਕੱਢੋ ਮਾਣਕ ਨੂੰ ਕੱਢੋ ਅਤੇ ਮਾਣਕ ਨੂੰ ਸਾਡੇ ਕੋਲ ਲੈ ਕੇ ਆਓ ਉਹ ਇੱਕ ਸ਼ਬਦ ਵੀ ਆਉਂਦਾ ਮਾਣਕ ਮੋਤੀ ਨਾਮ ਪ੍ਰਭ ਉਨ ਲੱਗੇ ਨਾ ਹੀ ਸਨ ਮੋਤੀਆਂ ਦੀ ਇੱਕ ਕਿਸਮ ਹੁੰਦੀ ਆ ਉਹਨੂੰ ਮਾਣਕ ਕਹਿੰਦੇ ਉਹ ਡੁੱਬਦਾ ਨਹੀਂ ਹੈ ਮਹਾਰਾਜ ਕਹਿੰਦੇ ਮਾਣਕ ਨਹੀਂ ਡੁੱਬ ਸਕਦਾ ਮਾਣਕ ਨਹੀਂ ਮਰ ਸਕਦਾ ਮਾਣਕ ਨੂੰ ਸਾਡੇ ਕੋਲ ਲੈ ਕੇ ਆਓ ਹਾਂਜੀ ਸੁਣ ਮਾਣਕ ਕੋ ਲਿਆਏ ਨਿਕਾਸ ਗੁਰੂ ਕੇ ਸਿੱਖ ਭਾਵਨਾ ਦੇ ਨਾਲ ਉਸੇ ਵੇਲੇ ਮਾਣਕ ਚੰਦ ਜੀ ਦਾ ਜਿਹੜਾ ਸਰੀਰ ਹੈ ਉਹ ਬਾਹਰ ਕੱਢ ਕੇ ਸਤਿਗੁਰੂ ਜੀ ਦੇ ਕੋਲ ਲੈ ਕੇ ਆਏ ਧਰਿਓ ਆਨ ਕਰ ਸਤਿਗੁਰ ਪਾਸ ਹਜ਼ੂਰ ਗਰੀਬ ਨਵਾਜ ਜੀ ਦੇ ਸਾਹਮਣੇ ਉਹਨੂੰ ਲੰਮੇ ਪਾ ਦਿੱਤਾ ਜੀ ਮਾਣਕ ਮਣੇ ਮਰਿਆ ਹੋਇਆ ਜੀ ਹਾਂਜੀ ਦਾਹਨ ਚਰਨ ਸੀਸ ਕੋ ਛਵਾਇਓ ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਕੀ ਕੀਤਾ ਗੱਜ ਕੇ ਆਖੋ ਵਾਹਿਗੁਰੂ ਫਿਰ ਕਹੋ ਵਾਹਿਗੁਰੂ ਮਹਾਰਾਜ ਜੀ ਨੇ ਆਪਣੇ ਸੱਚੇ ਸੱਜਾ ਜਿਹੜਾ ਚਰਨ ਹੈ ਨਾ ਜੀ ਉਹ ਮਾਣਕ ਚੰਦ ਦੇ ਸਿਰ ਨੂੰ ਛੁਆਇਆ ਜੀ ਹਾਂਜੀ ਉੱਠ ਬੈਠਿਓ ਜਨ ਸੁਪਤ ਜਗਾਇਓ ਜਦੋਂ ਮਹਾਰਾਜ ਨੇ ਆਪਣਾ ਸੱਜਾ ਚਰਨ ਮਾਣਕ ਚੰਦ ਦੇ ਸਿਰ ਨੂੰ ਛੁਆਇਆ ਮਾਣਕ ਚੰਦ ਜੀ ਇਉਂ ਉੱਠ ਕੇ ਬੈਠ ਕੇ ਜਿਵੇਂ ਬੰਦਾ ਸੁੱਤਾ ਉੱਠਿਆ ਹੁੰਦਾ ਜੀ ਮਰਿਆ ਹੁੰਦਾ ਹੀ ਨਹੀਂ ਹੈ ਜੀ ਮਰੇ ਹੋਏ ਨੂੰ ਜਿਉਂਦਾ ਕਰਨਾ ਗੁਰੂ ਘਰ 'ਚ ਵੱਡੀ ਗੱਲ ਨਹੀਂ ਹੈਗੀ ਜੀ ਸਤਿਗੁਰੂ ਜੀ ਕਰ ਸਕਦੇ ਹੈ ਪਰ ਆਮ ਕੋਈ ਬੰਦਾ ਆਪਣੀ ਤਾਕਤ ਵਿਖਾਉਣ ਵਾਸਤੇ ਮਰਿਆ ਬੰਦਾ ਜਿਉਂਦਾ ਕਰੇ ਇਹ ਉਚਿਤ ਨਹੀਂ ਹੈਗਾ ਜੀ ਉੱਦਾਂ ਮਰੇ ਨੂੰ ਜਿੰਦਾ ਕਰ ਹੀ ਨਹੀਂ ਸਕਦਾ ਕੋਈ ਜੀ ਇਹ ਵੀ ਗੱਲ ਪੱਕੀ ਜੇ ਜਿਹੜਾ ਮਰ ਹੀ ਗਿਆ ਜੀ ਵੱਡੇ ਤੋਂ ਵੱਡਾ ਡਾਕਟਰ ਉਹਨੂੰ ਜਿਉਂਦਾ ਨਹੀਂ ਕਰ ਸਕਦਾ ਜੀ ਕੋਈ ਬਹੁਤ ਵੱਡੀ ਤਾਕਤ ਵਾਲਾ ਸਮਰੱਥਾ ਵਾਲਾ ਪੁਰਸ਼ ਹੋਵੇ ਉਹ ਕਰ ਸਕਦਾ ਪਰ ਉਹਨੂੰ ਵੀ ਵਰਜਿਤ ਹੈ ਗੁਰੂ ਸਾਹਿਬ ਕਰ ਸਕਦੇ ਕਿਉਂ ਸਤਿਗੁਰ ਮੇਰਾ ਮਾਰ ਜਿਵਾਲੇ ਸਤਿਗੁਰ ਮੇਰਾ ਮਾਰ ਜਿਵਾਲੇ ਸਤਿਗੁਰ ਮੇਰਾ ਮਾਰ ਜਿਵਾਲੇ ਸਤਿਗੁਰ ਮੇਰਾ ਮਾਰ ਜਿਵਾਲੇ ਗੁਰੂ ਸਾਹਿਬ ਜਿਉਂਦੇ ਕਰ ਸਕਦੇ ਮ੍ਰਿਤਕ ਕੋ ਪਾਇਓ ਤਨ ਸਾਸਾ ਉਹ ਮੁਰਦੇ ਵਿੱਚ ਵੀ ਸਾਹ ਪਾ ਸਕਦੇ ਹੈ ਮ੍ਰਿਤਕ ਜਿਹੜਾ ਮਰ ਚੁੱਕਾ ਮੁਰਦਾ ਹੈ ਸਾਹ ਬੰਦ ਹੋ ਗਏ ਹੈ ਉਹ ਮੁਰਦੇ ਨੂੰ ਜਿਉਂਦਾ ਕਰ ਸਕਦੇ ਸਾਹ ਪਾ ਸਕਦੇ ਹੈ ਮ੍ਰਿਤਕ ਕੋ ਪਾਇਓ ਤਨ ਸਾਸਾ ਬਿਛਰਤ ਆਨ ਮਿਲਾਇਆ ਸੋ ਮਹਾਰਾਜ ਗਰੀਬ ਨਵਾਜ ਜੀ ਨੇ ਜਦੋਂ ਸੱਜਾ ਚਰਨ ਲਾਇਆ ਅਤੇ ਗੁਰੂ ਜੀ ਦੇ ਚਰਨ ਲੱਗਦਿਆਂ ਹੀ ਮਾਣਕ ਉਂਝ ਉੱਠ ਕੇ ਬੈਠ ਗਿਆ ਜਿਵੇਂ ਸੁੱਤਾ ਉੱਠਿਆ ਹੁੰਦਾ ਜੀ ਹਾਂਜੀ ਸਿਰ ਪਰ ਸਤਿਗੁਰ ਨੇ ਕਰ ਫੇਰਾ ਜਦੋਂ ਉੱਠਿਆ ਮਾਣਕ ਚੰਦ ਜੀ ਉੱਠੇ ਮਹਾਰਾਜ ਨੇ ਉਹਦੇ ਸਿਰ 'ਤੇ ਹੱਥ ਫੇਰਿਆ ਜੀ ਹਾਂਜੀ ਭਇਓ ਪ੍ਰਕਾਸ਼ ਵਿਨਾਸ਼ ਅੰਧੇਰਾ ਲਓ ਜੀ ਗੁਰੂ ਸਾਹਿਬ ਨੇ ਹੋਰ ਕਿਰਪਾ ਕੀਤੀ ਮਹਾਰਾਜ ਨੇ ਭਰਮ ਨਾਸ ਕਰ ਦਿੱਤਾ ਜੀ ਨਾਮ ਦੀ ਦਾਤ ਦੇ ਦਿੱਤੀ ਜੀ ਪਤਾ ਕਿਉਂ ਜੀ ਮਾਣਕ ਚੰਦ ਜੀ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਅਤੇ ਗੁਰੂ ਜੀ ਦਾ ਬਚਨ ਮੰਨਿਆ ਜੀ ਪਤਾ ਤਾਂ ਮਾਣਕ ਚੰਦ ਨੂੰ ਵੀ ਸੀਗਾ ਜੀ ਕਿ ਜਦੋਂ ਮੈਂ ਹਥੌੜਾ ਮਾਰਨਾ ਕੜ ਟੁੱਟਣਾ ਅਤੇ ਪਾਣੀ ਇੱਕਦਮ ਤਾਂ ਆ ਜਾਣਾ ਜੀ
ਅਤੇ ਭੱਜ ਕੇ ਉੱਤੇ ਨਹੀਂ ਜਾਇਆ ਜਾ ਸਕਦਾ ਜੀ। ਮਾਣਕ ਚੰਦ ਜੀ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ, ਗੁਰੂ ਜੀ ਦਾ ਬਚਨ ਕਮਾਇਆ, ਗੁਰੂ ਸਾਹਿਬ ਨੇ ਨਾਮ ਦੀ ਦਾਤ ਦਿੱਤੀ ਜੀ। ਹਾਂਜੀ, ਸਭ ਰਿੱਧ ਸਿੱਧ ਬਖਸ਼ਣ ਕੋ ਕਰਿਓ। ਫਿਰ ਮਹਾਰਾਜ ਕਹਿਣ ਲੱਗੇ, ਰਿੱਧੀਆਂ ਸਿੱਧੀਆਂ ਵੀ ਦਿੱਤੀਆਂ ਤੈਨੂੰ। ਕਹਿਣ ਲੱਗੇ, ਜੋ ਤੂੰ ਮੁੱਖੋਂ ਆਖਿਆ ਕਰੇਗਾ ਨਾ, ਉਹ ਸੱਚ ਹੋ ਜਾਇਆ ਕਰੇਗਾ। ਹਾਂਜੀ, ਨਾਮ ਜੀਵੜਾ ਤਿਸ ਕੋ ਧਰਿਓ। ਗੱਜ ਕੇ ਆਖੋ ਤੇ ਮਾਣਕ ਚੰਦ ਨਾਮ ਨਹੀਂ ਰਹਿਣ ਦਿੱਤਾ। ਮਹਾਰਾਜ ਕਹਿਣ ਲੱਗੇ, ਅੱਜ ਤੋਂ ਤੇਰਾ ਨਾਮ ਭਾਈ ਜੀਵੜਾ ਹੈ। ਜੀਵੜਾ ਜਿਉਂਦਾ ਹੋਇਆ, ਤੇਰਾ ਨਾਮ ਜੀਵੜਾ ਹੈ। ਹਾਂਜੀ, ਮਾਈ ਦਾਸ ਹਕਾਰਿਓ ਪਾਸ। ਉਹ ਮਾਈ ਦਾਸ ਵੈਸ਼ਨੋ ਦੇ 8 ਦਿਨ ਪੂਰੇ ਹੋ ਗਏ ਸਨ ਜਿਹਨੂੰ ਮਹਾਰਾਜ ਨੇ ਕਿਹਾ ਸੀ। ਮਹਾਰਾਜ ਨੇ ਮਾਈ ਦਾਸ ਜੀ ਨੂੰ ਕੋਲ ਸੱਦਿਆ, ਸਤਿਗੁਰ ਕੀਨਸ ਬਾਗ ਪ੍ਰਕਾਸ਼। ਤੇ ਸੱਚੇ ਪਾਤਸ਼ਾਹ ਮਹਾਰਾਜ ਮਾਈ ਦਾਸ ਵੈਸ਼ਨੋ ਨੂੰ ਇੰਜ ਕਹਿਣ ਲੱਗੇ, ਹਾਂਜੀ, ਤੋਹੇ ਗੁਰੂ ਇਹੋ ਮਾਣਕ ਚੰਦ, ਰਾਖੋ ਇਨਸੋਂ ਪ੍ਰੇਮ ਬਿਲੰਦ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਕਹਿਣ ਲੱਗੇ, ਮਾਈ ਦਾਸ, ਅੱਜ ਤੋਂ ਤੂੰ ਭਾਈ ਜੀਵੜੇ ਦੇ ਨਾਲ ਰਹਿਣਾ ਹੈ, ਮਾਣਕ ਚੰਦ ਨਾਲ ਰਹਿਣਾ ਹੈ। ਅੱਜ ਤੋਂ ਇਹ ਤੇਰਾ ਉਸਤਾਦ ਹੈ। ਉਸਤਾਦ ਨੂੰ ਵੀ ਗੁਰੂ ਕਹਿੰਦੇ ਆ ਜੀ। ਇੱਕ ਹੁੰਦਾ ਹੈ ਗੁਰੂ, ਇੱਕ ਹੁੰਦਾ ਹੈ ਸਤਿਗੁਰੂ। ਉਸਤਾਦ ਗੁਰੂ ਦੀ ਨਿਆਈ ਹੈ। ਸਤਿਗੁਰੂ ਕੌਣ ਨੇ? ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹਨ। ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਅੱਜ ਤੋਂ ਇਹ ਤੇਰਾ ਉਸਤਾਦ ਹੈ, ਇਹਦੇ ਨਾਲ ਰਹਿਣਾ, ਇਹਦੇ ਨਾਲ ਪ੍ਰੇਮ ਰੱਖਣਾ। ਹਾਂਜੀ, ਮੰਤਰ ਆਪਣੋ ਤੋਹੇ ਬਤਾਏ। ਇਹ ਤੈਨੂੰ ਗੁਰਮੰਤਰ ਦੇਵੇਗਾ, ਮਹਾਰਾਜ ਕਹਿਣ ਲੱਗੇ ਵਾਹਿਗੁਰੂ। ਹਾਂਜੀ, ਤਿਲਕ ਗੁਰਮੁਖੀ ਮਸਤਕ ਲਾਏ। ਤੇ ਗਰੀਬ ਨਵਾਜ ਮਹਾਰਾਜ ਕਹਿਣ ਲੱਗੇ, ਤੇਰੇ ਮੱਥੇ ਤੇ ਗੁਰਮੁਖ ਦਾ ਤਿਲਕ ਲਾਏਗਾ, ਭਾਵ ਤੈਨੂੰ ਗੁਰਮੁਖ ਬਣਾਵੇਗਾ। ਕਿਉਂ? ਕਿਉਂਕਿ ਮਾਈ ਦਾਸ ਵੈਸ਼ਨੋ ਜੇ ਉਹ ਰੀਤਾਂ ਰਹੁ ਰੀਤਾਂ ਅਨੁਸਾਰ ਨੇ, ਕ੍ਰਿਸ਼ਨ ਜੀ ਦੇ ਭਗਤ ਸਨ। ਮਹਾਰਾਜ ਕਹਿੰਦੇ, ਹੁਣ ਭਾਈ ਮਾਣਕ ਚੰਦ ਤੈਨੂੰ ਸਹੀ ਰਸਤੇ ਤੇ ਲੈ ਆਵੇਗਾ। ਹਾਂਜੀ, ਸੇਲੀ ਦਈ ਕਰੋ ਸਿੱਖ ਸੰਗਤ, ਸਤਨਾਮ ਜਪੀਐ ਮਿਲ ਪੰਗਤ। ਮਾਣਕ ਚੰਦ ਜੀ ਨੂੰ ਗੁਰੂ ਜੀ ਨੇ ਫਿਰ ਮਸੰਦ ਬਣਾਇਆ ਜੀ, ਮੰਜੀ ਬਖਸ਼ਿਸ਼ ਕੀਤੀ ਜੀ। 22 ਮੰਜੀਆਂ ਮਹਾਰਾਜ ਨੇ ਬਣਾਈਆਂ, ਬਖਸ਼ੀਆਂ। ਮੰਜੀਆਂ ਕੀ ਹੁੰਦੀਆਂ ਸਨ? 22 ਸਿੱਖ ਮਹਾਰਾਜ ਨੇ ਉਹ ਤਿਆਰ ਕੀਤੇ ਸਨ ਜਿਹੜੇ ਸੰਗਤ ਨੂੰ ਨਾਮ ਦੀ ਦਾਤ ਦਿੰਦੇ ਹੁੰਦੇ ਸਨ ਜੀ, ਜਿਹੜੇ ਸੰਗਤ ਨੂੰ ਨਾਮ ਜਪਾਉਂਦੇ ਹੁੰਦੇ ਸਨ। ਮਾਣਕ ਚੰਦ ਜੀ ਨੇ ਜਾਨ ਦੀ ਪਰਵਾਹ ਨਹੀਂ ਕੀਤੀ ਅਤੇ ਗੁਰੂ ਦੀ ਸੇਵਾ 'ਚ ਤਤਪਰ ਹੋ ਗਏ। ਸੱਚੇ ਪਾਤਸ਼ਾਹ ਨੇ ਮੰਜੀ ਬਖਸ਼ਿਸ਼ ਕੀਤੀ ਜੀ। ਮਹਾਰਾਜ ਕਹਿੰਦੇ, ਹੁਣ ਤੂੰ ਇਹਦੇ ਨਾਲ ਰਹਿਣਾ ਹੈ ਮਾਈ ਦਾਸ, ਤੂੰ ਮਾਣਕ ਚੰਦ ਦੇ ਨਾਲ ਰਹਿਣਾ ਹੈ। ਸੰਗਿਆ ਭਗਤਨ ਕੀ ਤੁਮ ਹੋਈ, ਜਗ ਸੰਤਾਪ ਬਿਨਾ ਸੋ ਜੋਈ। ਤੈਨੂੰ ਵੀ ਲੋਕ ਭਗਤ ਕਿਆ ਕਰਨਗੇ, ਅਤੇ ਜਗਤ ਦਾ ਸੰਤਾਪ, ਜਗਤ ਦੇ ਜਿਹੜੇ ਦੁੱਖ ਨੇ, ਫਿਕਰਾਂ ਨੇ, ਤੈਨੂੰ ਕੋਈ ਵੀ ਨਹੀਂ ਲੱਗੇਗੀ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ, ਆਪਾਂ ਸੰਸਾਰ ਵਿੱਚ ਰਹਿੰਦੇ ਹਾਂ, ਸੰਸਾਰੀ ਬੰਦੇ ਹਾਂ। ਸੱਚ ਹੈ, ਕਿਸੇ ਨਾ ਕਿਸੇ ਬੰਨਿਓ ਕੋਈ ਨਾ ਕੋਈ ਦੁੱਖ ਆ ਕੇ ਘੇਰ ਲੈਂਦਾ ਜੀ ਸਾਨੂੰ ਜੀ, ਕੋਈ ਨਾ ਕੋਈ ਦੁੱਖ ਘੇਰ ਲੈਂਦਾ। ਪਰ ਮਹਾਰਾਜ ਨੇ ਮਾਈ ਦਾਸ ਜੀ ਨੂੰ ਆਖਿਆ, ਮਾਈ ਦਾਸ, ਤੈਨੂੰ ਜਗਤ ਦਾ ਕੋਈ ਦੁੱਖ ਤੰਗ ਨਹੀਂ ਕਰੇਗਾ। ਕਹਿਣ ਲੱਗੇ, ਹਾਂਜੀ, ਤੁਮ ਅਬ ਆਪਣੇ ਗ੍ਰਹਿ ਕੋ ਜਾਵੋ, ਸਤਨਾਮ ਕੋ ਨਾਮ ਜਪਾਵੋ। ਮਾਣਕ ਚੰਦ ਦੇ ਨਾਲ ਹੁਣ ਤੂੰ ਜਾ, ਅਤੇ ਆਪ ਵੀ ਨਾਮ ਜਪ ਅਤੇ ਦੂਜਿਆਂ ਨੂੰ ਵੀ ਨਾਮ ਜਪਾਇਆ ਕਰ ਪਰਮੇਸ਼ਰ ਦਾ। ਹਾਂਜੀ, ਗੁਰਮੁਖ ਮਾਰਗ ਕਰੋ ਪ੍ਰਕਾਸ਼, ਗੁਰਮੁਖ ਮਾਰਗ ਕਰੋ ਪ੍ਰਕਾਸ਼, ਗੁਰਮੁਖਾਂ ਵਾਲਾ ਮਾਰਗ ਤਿਆਰ ਕਰ, ਉਹਨੂੰ ਵਧਾ। ਗੱਜ ਕੇ ਆਖੋ ਵਾਹਿਗੁਰੂ। ਹੁਣ ਇੱਥੇ ਦਾਸ ਇੱਕ ਬੇਨਤੀ ਕਰੇਗਾ, ਪਿਆਰਿਓ, ਠੀਕ ਹੈ ਗੁਰੂ ਸਾਹਿਬ ਨੇ ਮਾਈ ਦਾਸ ਜੀ ਉੱਤੇ, ਮਾਣਕ ਚੰਦ ਉੱਤੇ, ਦੋਵਾਂ ਉੱਤੇ ਬਖਸ਼ਿਸ਼ ਕੀਤੀ, ਪਰ ਇੱਕ ਗੱਲ ਸੁਣਿਓ ਧਿਆਨ ਨਾਲ, ਗੁਰੂ ਸਾਹਿਬ ਸਾਡੇ 'ਤੇ ਕਿਰਪਾ ਕਰਨ,
ਜਿਹੜਾ ਮਨੁੱਖ ਸਾਨੂੰ ਮਿਲੇ ਉਹਦਾ ਜੀ ਕਰੇ ਵੀ ਮੈਂ ਵੀ ਗੁਰੂ ਦਾ ਸਿੱਖ ਬਣਨਾ ਹੈ। ਭਾਵ ਸਾਡਾ ਜੀਵਨ ਇੰਨਾ ਉੱਚਾ ਹੋਵੇ ਜਿਹੜਾ ਮਿਲੇ ਉਹਦਾ ਜੀ ਕਰੇ ਵੀ ਮੈਂ ਵੀ ਗੁਰੂ ਦਾ ਸਿੱਖ ਬਣਨਾ ਹੈ, ਮੈਂ ਵੀ ਗੁਰੂ ਵਾਲਾ ਬਣਨਾ ਹੈ। ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲੇ ਜਿਹੜੇ ਜਿਹੜਾ ਪੁਰਸ਼ ਉਹਨਾਂ ਨੂੰ ਵੇਖ ਹੀ ਲੈਂਦਾ ਸੀ ਨਾ ਉਹ ਗੁਰੂ ਵਾਲਾ ਬਣ ਜਾਂਦਾ ਸੀਗਾ ਜੀ। ਕਿੰਨੇ ਗੁਰਮੁਖ ਮਾਰਗ ਬਣਾਏ ਜੀ, ਕਿੰਨੇ ਗੁਰਮੁਖ ਬਣਾਏ ਜੀ ਉਹਨਾਂ ਨੇ ਅੱਗੋਂ। ਅੱਜ ਰੌਲਾ ਪੈਂਦਾ ਹੈ, ਕਦੀ ਗੁਰੂ ਸਾਹਿਬ ਦੇ ਸਰੂਪਾਂ ਦਾ ਰੌਲਾ ਪੈ ਜਾਂਦਾ, ਕਦੀ ਕਿਸੇ ਗ੍ਰੰਥ ਦਾ ਰੌਲਾ ਪੈ ਜਾਂਦਾ ਹੈ। ਇਹ ਸਾਰਾ ਕੁਝ ਤਾਂ ਹੀ ਹੈ ਸਾਡੇ ਵੱਡੇ ਵੱਡੇ ਪਦਵੀ ਵਾਲੇ ਹੇਠਾਂ ਕੰਮ ਕਰਨ ਵਾਲੇ, ਸਟੇਜਾਂ 'ਤੇ ਬੋਲਣ ਵਾਲੇ, ਬਾਕੀ ਸੁਣਨ ਵਾਲੇ ਕਿਸੇ ਵਿੱਚ ਵੀ ਨਾਮ ਦੀ ਕਣੀ ਨਹੀਂ ਰਹੀ ਜੀ। ਜੇ ਵਾਹਿਗੁਰੂ ਜੀ ਦੇ ਨਾਮ ਦੀ ਕਣੀ ਹੋਵੇ ਸਾਰਿਆਂ ਵਿੱਚ ਤਾਂ ਝਗੜੇ ਹੀ ਨਾ ਪੈਣ ਜੀ। ਨਾਮ ਦੀ ਕਣੀ ਨਹੀਂ ਰਹੀ ਜੀ, ਆਸੇ ਪਾਸਿਓਂ ਭੜਕਾਉਣ ਵਾਲੇ ਵੀ ਉਹੋ ਜਿਹੇ ਹੁੰਦੇ ਜੀ, ਉਹ ਵੀ ਖਾਲੀ ਹੁੰਦੇ ਜੀ ਅੰਦਰੋਂ। ਜਿਸ ਅੰਦਰ ਨਾਮ ਦੀ ਕਣੀ ਟਿਕ ਗਈ ਨਾ ਜੀ, ਉਹ ਆਪ 'ਤੇ ਤਰੇਗਾ, ਉਹਦੇ ਦਰਸ਼ਨ ਕਰ ਕਰਕੇ ਦੂਜੇ ਵੀ ਤਰ ਜਾਣਗੇ ਜੀ। ਨਾਮ ਦੀ ਕਣੀ ਵਿੱਚ ਹੀ ਇੰਨੀ ਵੱਡੀ ਬਰਕਤ ਹੈ। ਕਿਣਕਾ ਏਕ ਜਿਸ ਜੀ ਵਸਾਵੈ, ਤਾਂ ਕਿ ਮਹਿਮਾ ਗਨੀ ਨਾ ਆਵੈ। ਮਹਾਰਾਜ ਕਹਿੰਦੇ ਆਪ ਵੀ ਗੁਰਮੁਖ ਬਣੋ, ਦੂਜਿਆਂ ਨੂੰ ਵੀ ਗੁਰਮੁਖ ਬਣਾਓ ਕਹਿਣ ਲੱਗੇ। ਜਹ ਕਹਿ ਹੋਵੇ ਭਗਤ ਪਰ ਨਿਵਾਸ, ਜਿੱਥੇ ਕਿੱਥੇ ਨਹੀਂ ਭਗਤੀ ਦਾ ਨਿਵਾਸ ਹੋਵੇ। ਇਹ ਗੁਰੂ ਅਮਰਦਾਸ ਜੀ ਕਹਿ ਰਹੇ ਹੈ, ਅਤੇ ਸੱਚੀ ਗੱਲ 'ਚ ਅੱਜ ਸਭ ਤੋਂ ਵੱਡੀ ਕਮੀ ਇਸੇ ਗੱਲ ਦੀ ਹੈ। ਕਮਾਈ ਨਹੀਂ ਹੈ, ਨਿਤਨੇਮ ਨਹੀਂ ਹੈ। ਇੱਕ ਬੰਦਾ ਨਾ ਜੀ ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦੇ ਕੋਲ ਗਿਆ, ਕਹਿਣ ਲੱਗਾ ਲੋਕੀ ਤਰਾਹੀ ਮਾਮ ਕਰਨ ਦੇ ਹੈ, ਲੋਕ ਟੁੱਟੇ ਪਏ ਹੈ, ਬੁਰੇ ਹਾਲ ਹੈ, ਨਸ਼ਾ ਵੱਧ ਗਿਆ, ਤੁਸੀਂ ਚੁੱਪ ਕਰਕੇ ਬੈਠੇ ਹੋ, ਤੁਹਾਨੂੰ ਪ੍ਰਚਾਰ ਕਰਨਾ ਚਾਹੀਦਾ। ਸੰਤ ਕਹਿੰਦੇ, ਉਹ ਵੀ ਬੰਦਾ ਧਾਰਮਿਕ ਸੀਗਾ, ਬਾਣਾ ਪਾਇਆ ਸੀ। ਸੰਤ ਕਹਿੰਦੇ ਇਹ ਦੱਸ ਨਿਤਨੇਮ ਕਿੰਨਾ ਕਰਦਾ? ਕਹਿੰਦੇ ਕਹਿੰਦਾ ਉਹ ਤਾਂ ਨਹੀਂ ਮੈਂ ਕਰਦਾ। ਕਹਿੰਦੇ ਜਿੰਨਾ ਮਰਜ਼ੀ ਬੋਲੀ ਜਾ, ਰੌਲਾ ਹੀ ਹੈ ਸਾਰਾ। ਜਿਨ੍ਹਾਂ ਦੇ ਪੱਲੇ ਕਣੀ ਨਹੀਂ ਹੈ, ਜਿਨ੍ਹਾਂ ਦੇ ਪੱਲੇ ਨਾਮ ਨਹੀਂ ਹੈ ਨਾ, ਉਹ ਜੋ ਮਰਜ਼ੀ ਕਰੀ ਜਾਣ, ਉਹ ਰੌਲਾ ਹੀ ਲੱਗਦਾ ਹੈ ਜੀ। ਸੋ ਇਸ ਗੱਲ ਦੀ ਕਮੀ ਹੈ। ਮਹਾਰਾਜ ਕਹਿੰਦੇ ਜਹ ਕਹਿ ਹੋਵੇ ਹੈ ਭਗਤ ਨਿਵਾਸ, ਗੁਰਮੁਖ ਬਣੋ ਅਤੇ ਗੁਰਮੁਖ ਹੀ ਦੂਜਿਆਂ ਨੂੰ ਬਣਾਵੋ, ਜਿੱਥੇ ਕਿੱਥੇ ਨਹੀਂ ਰੱਬ ਦੀ ਭਗਤੀ ਦਾ ਨਿਵਾਸ ਹੋਵੇ। ਭਾਵ ਸਾਰਿਆਂ ਦੇ ਅੰਦਰ ਨਾਮ ਦੀ ਕਣੀ ਵੜੇ ਜੀ। ਗੱਜ ਕੇ ਆਖੋ ਵਾਹਿਗੁਰੂ, ਫਿਰ ਕਹੋ ਵਾਹਿਗੁਰੂ। ਹਾਂਜੀ, ਸੁਣ ਮੁੱਦ ਮਾਈ ਦਾਸ ਵਿਸਾਲ। ਮਾਈ ਦਾਸ ਸੁਣ ਕੇ ਵੀ ਬੜਾ ਖੁਸ਼ ਹੋਇਆ ਜੀ, ਮਾਈ ਦਾਸ ਵੈਸ਼ਨੋ। ਹਾਂਜੀ, ਮਾਣਕ ਕੇ ਪਾਇਨ ਤਤਕਾਲ, ਉਹ ਮਾਣਕ ਚੰਦ ਦੇ ਪੈਰੀ ਪੈ ਗਿਆ, ਸਤਿਕਾਰ ਕੀਤਾ, ਉਸਤਾਦ ਜੂ ਬਣਾਤਾ ਉਹਦਾ। ਨਮਸਕਾਰ ਹੋਏ, ਨਮਸਕਾਰ ਕਰ ਹੋਏ ਉਹ ਸੰਗ, ਨਮਸਕਾਰ ਕੀਤੀ ਤੇ ਮਾਣਕ ਚੰਦ ਜੀ ਦੇ ਨਾਲ ਹੀ ਤੁਰ ਪਿਆ ਜੀ। ਮਾਣਕ ਚੰਦ ਮਾਣਕ ਨਹੀਂ ਰਿਹਾ, ਮਾਣਕ ਚੰਦ ਨੂੰ ਜੀਵੜਾ ਬਣਾ ਦਿੱਤਾ ਮਹਾਰਾਜ ਨੇ, ਜਿਉਂਦਾ ਕਰਤਾ ਜੀ। ਕਿੱਧਰੋਂ ਜਿਉਂਦਾ ਕੀਤਾ ਇਹ ਗੱਲ ਸਮਝਿਓ, ਮਾਣਕ ਚੰਦ ਜੀ ਨੂੰ ਇੱਥੋਂ ਜਿਉਂਦਾ ਕਰਤਾ ਮਹਾਰਾਜ ਨੇ, ਹਿਰਦੇ 'ਚ ਨਾਮ ਵਸਾ ਦਿੱਤਾ ਜੀ। ਮਾਣਕ ਚੰਦ ਜੀ ਆਤਮਕ ਪੱਧਰ 'ਤੇ ਜਿਉਂ ਉੱਠੇ ਜੀ। ਹਾਂਜੀ, ਦੋਨੋਂ ਪ੍ਰਾਪਤ ਆਨੰਦ ਅਭੰਗ, ਉਹ ਜੀਵੜਾ ਜੀ ਅਤੇ ਮਾਈ ਦਾਸ ਜੀ, ਭਾਵ ਮਾਣਕ ਚੰਦ ਜੀ ਅਤੇ ਮਾਈ ਦਾਸ ਜੀ ਦੋਵੇਂ ਹੀ ਫਿਰ ਰੱਬ ਦੇ ਭਗਤ ਬਣੇ ਜੀ, ਦੋਵੇਂ ਹੀ ਵੱਡੇ ਸ਼ਿਖਰ ਦੇ ਜੀ। ਭੁਗਤ ਮੁਕਤ ਪ੍ਰਾਪਤ ਕਰਮਾਹੀ, ਭੁਗਤੀ ਮੁਕਤੀ ਉਹਨਾਂ ਦੋਵਾਂ ਦੇ ਹੱਥ ਵਿੱਚ ਆ ਗਈ ਜੀ।
ਹੁਣ ਬੋਲਣ ਵਾਲੇ ਤੇ ਬੜੇ ਮੇਰੇ ਵਰਗੇ, ਭੁਗਤੀ ਮੁਕਤੀ ਦੋਵਾਂ ਕੋਲ ਨਹੀਂ ਹੈਗੀ ਜੀ, ਵਾਹਿਗੁਰੂ ਸਾਡੇ ਕੋਲ ਨਹੀਂ ਹੈਗੀ ਜੀ। ਇੰਨਾ ਨਾਮ ਜਪਿਆ, ਇੰਨਾ ਅਭਿਆਸ ਕੀਤਾ, ਭੁਗਤੀ ਮੁਕਤੀ ਮਾਨਕ ਚੰਦ ਜੀ ਦੇ ਹੱਥ 'ਚ ਆ ਗਈ ਜੀ, ਮਾਈ ਦਾਸ ਦੇ ਹੱਥ 'ਚ ਆ ਗਈ ਜੀ। ਹਾਂਜੀ, ਗੁਰ ਤੇ ਕੁਛ ਅਚਰਜ ਇਹੋ ਨਾਹੀਂ, ਬਾਕੀ ਭੁਗਤੀ ਤੇ ਮੁਕਤੀ ਇਹ ਮਹਾਰਾਜ ਦੇ ਹੱਥ ਵਿੱਚ ਹੈਗੀ ਹੈ, ਗੁਰੂ ਸਾਹਿਬ ਜਿਹਨੂੰ ਮਰਜ਼ੀ ਦੇ ਦੇਣ ਜੀ। ਗੱਜ ਕੇ ਆਖੋ ਵਾਹਿਗੁਰੂ। ਭੁਗਤੀ ਮੁਕਤੀ ਕਹਿੰਦੇ ਕਿਹਨੂੰ ਹੈ? ਭੁਗਤੀ ਕਹਿੰਦੇ ਚ ਸੰਸਾਰੀ ਪਦਾਰਥਾਂ ਨੂੰ, ਚੰਗਾ ਘਰ ਹੋਣਾ, ਚੰਗੀ ਗੱਡੀ ਹੋਣੀ, ਜੇਬ 'ਚ ਮਾਇਆ ਹੋਣੀ, ਸੁੱਖ ਹੋਣੇ, ਇਹਨੂੰ ਭੁਗਤੀ ਕਹਿੰਦੇ ਹੈ। ਅਤੇ ਮੁਕਤੀ ਕੀ ਹੈ? ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਹੁੰਦਿਆਂ ਵੀ ਨਾਮ ਨਾਲ ਜੁੜੇ ਰਹਿਣਾ ਜੀ, ਮਰਨ ਤੋਂ ਬਾਅਦ ਮੁਕਤ ਹੋਣਾ ਜੀ। ਭੁਗਤ ਮੁਕਤ ਸਭ ਗੁਰੂ ਲੱਗ, ਸੋ ਇਹ ਗੁਰੂ ਸਾਹਿਬ ਦੇ ਹੱਥ 'ਚ ਹੈ। ਜਿਹਨੂੰ ਗੁਰੂ ਅਮਰਦਾਸ ਸਾਹਿਬ ਚਾਹੁਣ, ਮਹਾਰਾਜ ਮੁਕਤੀ ਭੁਗਤੀ ਦੇ ਸਕਦੇ ਹੈ। ਹਾਂਜੀ, ਗੁਰ ਚੇਲਾ ਦੋਨੋਂ ਤਬ ਹੋਏ, ਉਹ ਗੁਰੂ ਚੇਲਾ ਬਣ ਗਏ ਜੀ ਦੋਵੇਂ, ਮਾਈ ਦਾਸ ਜੀ ਚੇਲਾ ਬਣ ਗਏ, ਭਾਈ ਜੀਵੜਾ ਜੀ ਭਾਵ ਮਾਨਕ ਚੰਦ ਜੀ ਉਸਤਾਦ ਬਣ ਗਏ, ਗੁਰੂ ਬਣ ਗਏ। ਪਦ ਸ਼੍ਰੀ ਅਮਰ ਪਰਤ ਭੇ ਸੋਏ, ਤੇ ਦੋਵੇਂ ਹੀ ਮਹਾਰਾਜ ਦੇ ਚਰਨਾਂ ਤੇ ਢਹਿ ਪਏ। ਗੱਜ ਕੇ ਆਖੋ ਵਾਹਿਗੁਰੂ। ਮਨੋ ਢਾਓ ਮਹਾਰਾਜ ਦੇ ਚਰਨਾਂ 'ਚ, ਸਿਰ ਝੁਕਾਓ, ਪ੍ਰੇਮ ਨਾਲ ਕਹੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਦੋਵੇਂ ਮਹਾਰਾਜ ਦੇ ਚਰਨਾਂ 'ਚ ਪੈ ਗਏ ਜੀ ਜਾ ਕੇ। ਹਾਂਜੀ, ਕਰ ਬਹੋ ਪ੍ਰੇਮ ਬਿਨੈ ਬੋਠਾਨੀ, ਫਿਰ ਪ੍ਰੇਮ ਨਾਲ ਦੋਵਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਨੂੰ। ਹੇ ਸਤਿਗੁਰ ਅਪਦਾ ਸਭ ਹਾਨੀ, ਹੇ ਸੱਚੇ ਪਾਤਸ਼ਾਹ ਸਾਡੇ 'ਤੇ ਮਿਹਰ ਕੀਤੀ, ਕਿਰਪਾ ਕੀਤੀ ਹੈ, ਦੁੱਖ ਸੰਤਾਪ 'ਤੇ ਤੁਹਾਡੀ ਕਿਰਪਾ ਨਾਲ ਨਹੀਂ ਰਿਹਾ ਸਾਨੂੰ, ਛੋਟੀ ਗੱਲ ਨਹੀਂ ਜੇ। ਮੈਂ ਫਿਰ ਬੇਨਤੀ ਕਰਾਂਗਾ, ਅਸੀਂ ਸੰਸਾਰੀ ਬੰਦੇ ਹੈਗੇ, ਛੋਟਾ ਜਿਹਾ ਦੁੱਖ ਆਵੇ ਸਾਨੂੰ ਢਾ ਸੁੱਟਦਾ ਜੀ ਉਹ। ਹਾਂਜੀ, ਦੋਨੋਂ ਗਮਨ ਕੀਨ ਤਤਕਾਲੇ, ਸਦਨੇ ਆਪਣੇ ਬਸੇ ਸੁਖਾਲੇ। ਦੋਵੇਂ ਹੀ ਮਹਾਰਾਜ ਗਰੀਬ ਨਵਾਜ ਜੀ ਨੂੰ ਮੱਥਾ ਟੇਕ ਕੇ ਆਪਣੇ ਅਸਥਾਨਾਂ 'ਤੇ ਚਲੇ ਗਏ ਜੀ। ਹਾਂਜੀ, ਸਤਨਾਮ ਬਹੁ ਨਰ ਉਪਦੇਸ਼ਾ, ਫਿਰ ਦੋਵਾਂ ਨੇ ਕੀ ਕੀਤਾ ਜੀ? ਲੋਕਾਂ ਨੂੰ ਪਰਮੇਸ਼ਰ ਦਾ ਨਾਮ ਜਪਾਇਆ, ਸਤ ਨਾਮ ਵਾਹਿਗੁਰੂ, 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 ਸਤ ਨਾਮ ਬਹੁ ਨਰ ਉਪਦੇਸ਼ਾ। ਦੋਵਾਂ ਨੇ ਬੇਅੰਤ ਲੋਕਾਂ ਨੂੰ ਸਤਨਾਮ ਵਾਹਿਗੁਰੂ ਪਰਮੇਸ਼ਰ ਜੀ ਦੇ ਨਾਮ ਨਾਲ ਜੋੜਿਆ ਜੀ। ਅਸਲ ਗਿਆਨੀ ਤਾਂ ਉਹੀ ਹੈ ਜੀ ਜਿਹੜਾ ਖਬਰਾਂ ਸੁਣਾਵੇ, ਉਹ ਗਿਆਨੀ ਥੋੜ੍ਹੀ ਹੁੰਦਾ ਜੀ। ਗਿਆਨੀ ਉਹ ਹੈ ਜਿਹਦੇ ਅੰਦਰ ਨਾਮ ਵਸਿਆ ਹੋਵੇ, ਦੂਜੇ ਨੂੰ ਵੀ ਦੂਜੇ ਅੰਦਰ ਵੀ ਵਸਾਵੇ ਜੀ। ਸਿੱਖੀ ਕੋ ਵਿਸਤਾਰ ਵਿਸ਼ੇਖਾ, ਬੜਾ ਸਿੱਖੀ ਦਾ ਦੋਵਾਂ ਨੇ ਵਿਸਥਾਰ ਕੀਤਾ, ਮਾਈ ਦਾਸ ਨੇ ਵੀ ਬੜਾ ਪ੍ਰਚਾਰ ਕੀਤਾ। ਵੇਖ ਲਓ, ਪਹਿਲਾਂ ਕ੍ਰਿਸ਼ਨ ਭਗਤ ਸਨ ਉਹ, ਜਦੋਂ ਮਿਹਰ ਹੋ ਗਈ ਫਿਰ ਦੁਨੀਆਂ ਨੂੰ ਵੀ ਗੁਰੂ ਘਰ ਨਾਲ ਜੋੜਿਆ ਉਹਨਾਂ ਨੇ ਜੀ, ਲੱਖਾਂ ਟੁੱਟਿਆਂ ਨੂੰ ਜੋੜਿਆ, ਮਾਨਕ ਚੰਦ ਜੀ ਨੇ ਵੀ ਜੋੜਿਆ,
ਬਚਨ ਕਹਿਓ ਤਤ ਛਿਨ ਫੁਰ ਜਾਵੇ। ਇਹ ਗੁਰੂ ਸਾਹਿਬ ਦੀ ਮਿਹਰ ਸੀਗੀ, ਜਦੋਂ ਕਿਸੇ ਨੂੰ ਬਚਨ ਕਰਦੇ ਸਨ ਨਾ, ਉਹ ਤਤਕਾਲ ਪੂਰਾ ਹੋ ਜਾਂਦਾ ਸੀਗਾ ਜੀ। ਲੋਕ ਅਨੇਕ ਪੂਜਬੇ ਆਵੇ, ਇਸ ਕਰਕੇ ਲੋਕ ਅਨੇਕ ਆਉਂਦੇ ਉਹਨਾਂ ਦੇ ਚਰਨਾਂ ਦੀ ਪੂਜਾ ਕਰਦੇ ਜੀ। ਪਰ ਉਹ ਮਾਣ ਹੰਕਾਰ 'ਚ ਨਹੀਂ ਸੀ ਆਉਂਦੇ ਜੀ, ਮਾੜਾ ਬੰਦਾ ਹੰਕਾਰ 'ਚ ਆ ਜਾਂਦਾ ਜੀ। ਹਾਂਜੀ, ਜੋ ਜਾਚੈ ਇਨ ਕੇ ਟਿੱਗ ਆਏ, ਸ਼ਿਸ ਸੀ ਉਹਨਾਂ ਦੇ ਕੋਲ ਜੀ, ਜੋ ਕੋਈ ਆ ਕੇ ਇਹਨਾਂ ਦੇ ਕੋਲੋਂ ਮੰਗਦਾ, ਹਿਰਦੇ ਮਨੋਰਥ ਤਤ ਛਿਨ ਪਾਏ। ਉਹ ਭਾਈ ਮਾਈ ਦਾਸ ਭਾਈ ਮਾਣਕ ਚੰਦ ਨੂੰ ਮਿਲ ਕੇ ਹੀ ਮਿਲ ਜਾਂਦਾ ਜੀ, ਗੱਜ ਕੇ ਆਖੋ। ਇਹ ਸਿੱਖ ਹੁੰਦੇ 'ਚ ਗੁਰੂ ਸਾਹਿਬ ਦੇ ਕੋਲੋਂ ਤਾਂ ਮਿਲਣਾ ਹੀ ਹੈ ਨਾ ਜੀ। ਸਿੱਖਾਂ ਦਾ ਜੀਵਨ ਇੰਨਾ ਮਹਾਨ ਸੀ, ਜਿਹੜਾ ਗੁਰੂ ਦੇ ਸਿੱਖਾਂ ਅੱਗੇ ਅਰਦਾਸ ਕਰਦਾ ਉਹਨਾਂ ਦੀ ਵੀ ਪੂਰੀ ਹੋ ਜਾਂਦੀ ਸੀਗੀ ਜੀ। ਸਿੱਖਾਂ ਅੱਗੇ ਹੀ ਅਰਦਾਸ ਪੂਰੀ ਹੋ ਜਾਂਦੀ ਸੀਗੀ ਜੀ। ਹੋਹੇ ਬਸੋਏ ਕੋ ਦਿਨ ਜਬੈ, ਚੱਲ ਸਤਿਗੁਰ ਆਵੇ ਢਿੱਗ ਤਬੈ। ਫਿਰ ਜਦੋਂ ਵਿਸਾਖੀ ਦਾ ਜੋੜ ਮੇਲਾ ਹੁੰਦਾ, ਮਾਣਕ ਚੰਦ ਜੀ ਮਾਈ ਦਾਸ ਜੀ ਬਹੁਤ ਸੰਗਤਾਂ ਨਾਲ ਲੈ ਕੇ ਗੁਰੂ ਜੀ ਦੇ ਚਰਨਾਂ 'ਚ ਹਾਜ਼ਰ ਹੁੰਦੇ ਜੀ। ਹਾਂਜੀ, ਦਰਸ਼ਨ ਕਰ ਨਿਜ ਬਿਨੈ ਸੁਣਾਵੇ ਹੈ, ਦਰਸ਼ਨ ਕਰਦੇ ਬੇਨਤੀਆਂ ਸੁਣਾਉਂਦੇ ਆਪਣੀਆਂ, ਬਾਹਰ ਆਪਣੇ ਗ੍ਰਹਿ ਕੋ ਜਾਵੇ ਹੈ। ਫਿਰ ਆਪਣੇ ਘਰ ਚਲੇ ਜਾਂਦੇ ਜੀ, ਸਿੱਖੀ ਦਾ ਪ੍ਰਚਾਰ ਕਰਦੇ, ਸੰਗਤਾਂ ਨੂੰ ਵਾਹਿਗੁਰੂ ਜੀ ਦੇ ਨਾਮ ਨਾਲ ਜੋੜਦੇ। ਹਾਂਜੀ, ਭਾਈ ਜਗਤ ਮੈਂ ਵੱਡ ਵਡਿਆਈ। ਇਸ ਤਰੀਕੇ ਨਾਲ ਮਾਈ ਦਾਸ ਜੀ ਦੀ ਵੀ ਅਤੇ ਮਾਣਕ ਚੰਦ ਜੀ ਦੀ ਵੀ ਜੀ, ਦੋਵਾਂ ਦੀ ਜਗਤ ਵਿੱਚ ਬੜੀ ਵੱਡੀ ਵਡਿਆਈ ਹੋਈ ਜੀ। ਬਹੁਤ ਲੋਕਾਂ ਨੂੰ ਗੁਰੂ ਘਰ ਨਾਲ ਜੋੜਿਆ ਉਹਨਾਂ ਨੇ, ਪਰਮੇਸ਼ਰ ਜੀ ਦੇ ਨਾਲ ਜੋੜਿਆ। ਅੰਤ ਸਮੇਂ ਸੁੱਖ ਸੋਂ ਗਤ ਪਾਈ, ਅੰਤਮ ਸਮੇਂ ਮੁਕਤੀ ਪ੍ਰਾਪਤ ਹੋਈ ਜੀ ਉਹਨਾਂ ਨੂੰ। ਗੱਜ ਕੇ ਆਖੋ ਵਾਹਿਗੁਰੂ। ਆਪ ਵੀ ਖੂਬ ਨਾਮ ਜਪਿਆ, ਦੂਜਿਆਂ ਨੂੰ ਵੀ ਖੂਬ ਜਪਾਇਆ, ਅੰਤਮ ਸਮੇਂ ਮੁਕਤੀ ਹੋਈ ਜੀ ਫਿਰ ਉਹਨਾਂ ਦੀ। ਹਾਂਜੀ, ਸੋਰਠਾ ਬਖਸ਼ਿਸ਼ ਕਰਾਂ ਕਿਰਪਾਲ, ਸਿੱਖੀ ਪੰਥ ਪ੍ਰਸਿੱਧ ਹਿੱਤ। ਗੁਰੂ ਸਾਹਿਬ ਸਿੱਖੀ ਮਾਰਗ ਪ੍ਰਗਟ ਕਰਨ ਵਾਸਤੇ ਇਸ ਤਰੀਕੇ ਨਾਲ ਬਖਸ਼ੀਆਂ ਹੋਈਆਂ ਰੂਹਾਂ 'ਤੇ ਬਹੁਤ ਬਖਸ਼ਿਸ਼ਾਂ ਕਰਦੇ ਸਨ ਜੀ। ਅੱਗੋਂ ਫਿਰ ਉਹ ਜਦੋਂ ਕਣੀ ਪਾ ਦਿੰਦੇ ਸਨ ਕਿਸੇ ਵਿੱਚ ਨਾਮ ਦੀ, ਅੱਗੋਂ ਉਹ ਫਿਰ ਜੋੜਦੇ ਸਨ ਨਾਮ ਨਾਲ ਸਾਰਿਆਂ ਨੂੰ। ਹਾਂਜੀ, ਸੇਵਕ ਹੋਤ ਨਿਹਾਲ, ਪਾਰ ਬ੍ਰਹਮ ਗੁਰ ਪ੍ਰੇਮ ਚਿੱਤ। ਇਸ ਤਰੀਕੇ ਨਾਲ ਸੇਵਕ ਜਨ ਨਿਹਾਲ ਹੁੰਦੇ ਮਹਾਰਾਜ ਦੇ ਦਰਸ਼ਨ ਕਰਕੇ ਜੀ, ਗੁਰੂ ਸਾਹਿਬ ਦੇ ਦਰਸ਼ਨ ਕਰਕੇ ਵੀ ਅਤੇ ਗੁਰੂ ਜੀ ਦੇ ਸਿੱਖਾਂ ਦੇ ਦਰਸ਼ਨ ਕਰਕੇ ਵੀ ਜੀ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਦੋਹਰਾ ਅਕਬਰ ਦੁਰਗ ਚਿਤੌੜ ਕੋ, ਟੁੱਟਿਓ ਨਾ ਕਰਤੇ ਜੰਗ। ਉੱਧਰ ਅਕਬਰ ਬਾਦਸ਼ਾਹ ਰਾਜਪੂਤਾਂ ਦੇ ਨਾਲ ਲੜਾਈ ਕਰ ਰਿਹਾ ਸੀਗਾ ਜੀ, ਅਤੇ ਰਾਜਪੂਤਾਂ ਨਾਲ ਜਦੋਂ ਲੜਾਈ ਕਰ ਰਿਹਾ ਸੀ, ਚਿਤੌੜ ਦਾ ਕਿਲਾ ਉਹਦੇ ਕੋਲੋਂ ਜਿੱਤਿਆ ਨਹੀਂ ਸੀ ਜਾ ਰਿਹਾ ਜੀ। ਹਾਂਜੀ, ਸ਼੍ਰੀ ਸਤਿਗੁਰ ਢਿੱਗ ਨਰ ਪਠਿਓ, ਬਹੁਤ ਬੇਨਤੀ ਸੰਗ। ਅਕਬਰ ਬਾਦਸ਼ਾਹ ਨੇ ਬੇਨਤੀ ਕੀਤੀ ਸੀ ਮਹਾਰਾਜ ਦੇ ਚਰਨਾਂ 'ਚ ਇੱਕ ਬੰਦਾ ਭੇਜ ਕੇ ਕਿ ਭਾਈ ਗੁਰੂ ਸਾਹਿਬ ਨੂੰ ਬੇਨਤੀ ਕਰੋ ਕਿ ਮੇਰਾ ਚਿਤੌੜ ਦਾ ਜਿਹੜਾ ਕਿਲ੍ਹਾ ਹੈ ਨਾ ਉਹ ਜਿੱਤਿਆ ਜਾਵੇ। ਜਿਹੜੇ ਰਾਜਨੀਤਿਕ ਬੰਦੇ ਹੁੰਦੇ ਉਹ ਧਾਰਮਿਕ ਬੰਦਿਆਂ ਨਾਲ ਸਾਂਝ ਬਣਾ ਕੇ ਰੱਖਦੇ ਆ, ਅਤੇ ਮਹਾਰਾਜ ਨੂੰ ਕਹੋ ਕਿਰਪਾ ਕਰਨ ਅਤੇ ਮੈਂ ਜਿੱਤ ਜਾਵਾਂ ਲੜਾਈ ਵਿੱਚ। ਹਾਂਜੀ, ਜਾਓ ਭਾਈ ਪੀਰ ਫਕੀਰ ਪ੍ਰਥਮ ਬਹੁ ਸੇਵੇ। ਉਹ ਕਿਲ੍ਹੇ ਨੂੰ ਜਿੱਤਣ ਵਾਸਤੇ ਨਾ ਅਕਬਰ ਨੇ ਬੜੇ ਪੀਰ ਫਕੀਰ ਮਨਾਏ ਸਨ ਜੀ, ਪਰ ਗੱਲ ਨਹੀਂ ਸੀ ਬਣਦੀ ਉਹਦੀ। ਹੋਏ ਪ੍ਰਸੰਨ ਸਭ ਹਿਨ ਵਰ ਦੇਵੇ। ਵਰ ਤਾਂ ਸਾਰੇ ਦਿੰਦੇ ਸਨ ਪਰ ਵਰ ਚੱਲਦਾ ਨਹੀਂ ਸੀ ਕਿਸੇ ਦਾ ਜੀ, ਕਹਿ ਸਾਰੇ ਦਿੰਦੇ ਸੀਗੇ ਕੋਈ ਨਹੀਂ ਜਿੱਤਿਆ ਜਾਏਗਾ। ਹਾਂਜੀ, ਨਹੀਂ ਫਤਿਹ ਬਹਾ ਦੁਰਗ ਚਿਤੌੜ। ਪਰ ਉਹ ਚਿਤੌੜ ਦਾ ਜਿਹੜਾ ਕਿਲ੍ਹਾ ਸੀ ਉਹ ਅਕਬਰ ਜਿੱਤ ਨਹੀਂ ਸੀ ਸਕਿਆ ਅੱਜ ਤੱਕ। ਅਬ ਮੈਂ ਸ਼ਰਨ ਹੱਥ ਕੋ ਜੋਰ। ਅਕਬਰ ਨੇ ਇੱਕ ਬੰਦਾ ਮਹਾਰਾਜ ਦੇ ਚਰਨਾਂ 'ਚ ਭੇਜਿਆ ਵੀ ਗੁਰੂ ਸਾਹਿਬ ਆਪ ਕਿਰਪਾ ਕਰੋ
ਤੇ ਮਹਾਰਾਜ ਚਿਤੌੜ ਦਾ ਕਿਲਾ ਜਿੱਤਿਆ ਜਾਵੇ। ਹਾਂਜੀ, ਸੁਣ ਗੁਰ ਕਹਿਓ ਤਬੈ ਗੜ ਛੂਟੇ। ਇਹ ਗੱਲ ਪੁਰਾਣੀ ਹੈ ਜੀ, ਗੱਜ ਕੇ ਆਖੋ। ਵਾਹਿਗੁਰੂ। ਗੁਰੂ ਸਾਹਿਬ ਜੀ ਨੇ ਫਿਰ ਬਚਨ ਕੀਤਾ, ਮਹਾਰਾਜ ਕਹਿੰਦੇ ਜਦੋਂ ਬੌਲੀ ਦਾ ਕੜ ਟੁੱਟ ਜਾਏਗਾ ਨਾ, ਹਾਂਜੀ, ਇਹਾਂ ਬਾਪਿਕਾ ਕੋ ਕਰ ਟੁੱਟੇ, ਉੱਧਰ ਇੱਧਰੋਂ ਬੌਲੀ ਦਾ ਕੜ ਟੁੱਟੇਗਾ, ਉੱਧਰੋਂ ਕਿਲਾ ਜਿੱਤਿਆ ਜਾਵੇਗਾ। ਕਹਿਣ ਲੱਗੇ ਇਹਦੇ ਬਾਰੇ ਵੱਖ ਵੱਖ ਵਿਦਵਾਨਾਂ ਦੀ ਵੱਖ ਵੱਖ ਰਾਏ ਹੈ, ਪਰ ਸੰਗਤ ਜੀ ਗੁਰੂ ਸਾਹਿਬ ਦਾ ਬਚਨ ਹੈ ਜੀ ਇਹ। ਇੱਧਰੋਂ ਮਾਨਕ ਚੰਦ ਜੀ ਨੇ ਥੋੜ੍ਹਾ ਮਾਰਿਆ, ਉਹ ਕੜ ਟੁੱਟ ਗਿਆ, ਉੱਧਰੋਂ ਉਹ ਗੜ ਜਿੱਤਿਆ ਗਿਆ, ਕਿਲਾ ਜਿੱਤਿਆ ਗਿਆ ਜੀ। ਹਾਂਜੀ, ਤਬ ਤੇ ਰਹੇ ਉਹ ਸ਼ਾਹ ਕੋ ਮਾਣ ਮਾਨਵ, ਕੜ ਟੁੱਟਿਓ ਜਬ ਹੀ ਤਿਨ ਜਾਵਨ। ਉਹ ਫਿਰ ਅਕਬਰ ਦਾ ਬੰਦਾ ਉੱਥੇ ਹੀ ਰਿਹਾ ਜੀ ਗੁਰੂ ਘਰ, ਜਦੋਂ ਬੌਲੀ ਦਾ ਕੜ ਟੁੱਟ ਗਿਆ। ਹਾਂਜੀ, ਲਿਖ ਲੇ ਗਯੋ ਵਾਰ ਥਿਤ ਮਾਸ, ਉਹ ਫਿਰ ਵਾਰ ਤਰੀਕ ਸਾਰਾ ਕੁਝ ਲਿਖ ਕੇ ਲੈ ਗਿਆ ਜੀ। ਹਾਂਜੀ, ਪਹੁੰਚਿਓ ਚੱਲ ਅਕਬਰ ਕੇ ਪਾਸ, ਉਧਰੋਂ ਉਹ ਜਿੱਤਿਆ ਗਿਆ ਜੀ ਕਿਲਾ, ਉਹਨੇ ਅਕਬਰ ਨੂੰ ਇਹ ਸਾਰੀ ਗੱਲ ਦੱਸੀ ਜੀ। ਹਾਂਜੀ, ਜਿਸ ਛਿਨ ਕੜ ਟੁੱਟਿਓ ਤਿਸ ਕਾਲ, ਤਬ ਹੂੰ ਛੁੱਟਿਓ ਚਿਤੌੜ ਵਿਸਾਲ। ਕਿ ਮਹਾਰਾਜ ਅਕਬਰ ਜੀ ਜਦੋਂ ਕੜ ਟੁੱਟਿਆ, ਉਧਰੋਂ ਕਿਲਾ ਜਿੱਤ ਲਿਆ, ਗੁਰੂ ਜੀ ਦਾ ਬਚਨ ਸੀਗਾ। ਹਾਂਜੀ, ਅਕਬਰ ਉਰ ਪ੍ਰਤੀਤ ਬੜ ਆਈ, ਗੱਜ ਕੇ ਆਖੋ। ਵਾਹਿਗੁਰੂ। ਅਕਬਰ ਦੇ ਮਨ 'ਚ ਭਰੋਸਾ ਵੱਧਿਆ ਜੀ, ਕਈ ਇਹਨਾਂ ਤਰੀਕਾਂ ਨਾਲ ਸਹਿਮਤ ਨਹੀਂ ਹੈਗੇ ਵੀ ਉਹ ਉਸ ਤਰੀਕ ਨੂੰ ਸੀ, ਉਹ ਉਸ ਤਰੀਕ ਨੂੰ। ਗੱਲ ਤਾਂ ਗੁਰੂ ਜੀ ਦੀ ਮਿਹਰ ਹੈ ਜੀ, ਗੁਰੂ ਜੀ ਦੇ ਬਚਨ ਨਾਲ ਚਿਤੌੜ ਦਾ ਕਿਲਾ ਜਿੱਤਿਆ ਜੀ ਉਹਨੇ। ਅਕਬਰ ਦੀ ਸ਼ਰਧਾ ਵੱਧ ਗਈ ਜੀ ਗੁਰੂ ਸਾਹਿਬ ਦੇ ਪ੍ਰਥਾਏ। ਦਰਸ਼ਨ ਕਰਬੇ ਚਾਹ ਵਧਾਈ, ਅਕਬਰ ਦੇ ਮਨ ਵਿੱਚ ਇੱਛਾ ਵਧੀ ਵੀ ਮੈਂ ਹੁਣ ਮਹਾਰਾਜ ਦੇ ਦਰਸ਼ਨ ਕਰਾਂ ਜਾ ਕੇ, ਜਿਨ੍ਹਾਂ ਕੋਲੋਂ ਮੈਨੂੰ ਵਡਿਆਈ ਮਿਲੀ ਹੈ, ਬਖਸ਼ਿਸ਼ ਮਿਲੀ ਹੈ। ਹਾਂਜੀ, ਆਮ ਖਾਸ ਮੈਂ ਕਰੀ ਪ੍ਰਸੰਸਾ, ਅਕਬਰ ਫਿਰ ਆਮ ਖਾਸ ਲੋਕਾਂ ਵਿੱਚ ਨਾ ਇਹ ਗੱਲ ਕਹਿੰਦਾ ਹੁੰਦਾ ਸੀਗਾ ਜੀ, ਆਪਣੇ ਆਮ ਬੰਦਿਆਂ 'ਚ ਵੀ ਅਤੇ ਜਿਹੜੇ ਉਹਦੇ ਖਾਸ ਹੁੰਦੇ ਸਨ। ਹਾਂਜੀ, ਸ਼੍ਰੀ ਨਾਨਕ ਅੱਲਾਹ ਨਹ ਸੰਸਾ, ਅਕਬਰ ਇਹ ਕਹਿੰਦਾ ਹੁੰਦਾ ਸੀ ਵੀ ਗੁਰੂ ਨਾਨਕ ਸਾਹਿਬ ਆਪ ਅੱਲਾਹ ਹਨ, ਆਪ ਖੁਦਾ ਹਨ। ਹਾਂਜੀ, ਆਰਫ ਕਾਮਲ ਵਲੀ ਵਲਾਇਤ, ਉਹ ਆਪ ਰੱਬ ਤੱਕ ਪਹੁੰਚੇ ਹੋਏ ਨੇ, ਆਪ ਰੱਬ ਖੁਦਾ ਨੇ, ਉਹੋ ਹੀ ਰੂਪ ਗੁਰੂ ਅਮਰਦਾਸ ਜੀ ਹਨ। ਗੱਜ ਕੇ ਆਖੋ। ਵਾਹਿਗੁਰੂ। ਹੋਹੇ ਸਹਾਏ ਦਾਸ ਹਰ ਸਾਇਤ, ਜਦੋਂ ਕੋਈ ਉਹਨਾਂ ਅੱਗੇ ਬੇਨਤੀ ਕਰਦਾ ਉਹ ਆਪਣੇ ਸੇਵਕਾਂ ਦੀ ਸਹਾਇਤਾ ਵੀ ਕਰਦੇ ਹੈ। ਇਹ ਕੌਣ ਕਹਿ ਰਿਹਾ ਜੀ? ਹਾਂਜੀ, ਅਕਬਰ ਕਹਿ ਰਿਹਾ। ਹਾਂਜੀ, ਹਿੰਦੂ ਮੁਸਲਮਾਨ ਤੇ ਨਿਆਰੇ, ਨਰ ਅਨੇਕ ਦੋਨੋਂ ਤੇ ਤਾਰੇ। ਤੇ ਫਿਰ ਅਕਬਰ ਕਹਿਣ ਲੱਗਾ ਵੀ ਉਹ ਸਾਂਝੇ ਹੈ, ਹਿੰਦੂਆਂ ਨੂੰ ਵੀ ਤਾਰਦੇ ਹੈ, ਮੁਸਲਮਾਨਾਂ ਨੂੰ ਵੀ ਤਾਰਦੇ ਹੈ, ਸਿੱਖੀ ਦਾ ਰਸਤਾ ਉਹਨਾਂ ਚਲਾਇਆ। ਹਾਂਜੀ, ਲਵਪੁਰ ਚੱਲੈ ਮਿਲਹਿੰਦਰ ਸਾਹਿਬ ਹੈ, ਇਮ ਨਿਸ਼ਚੈ ਕਰ ਪ੍ਰੇਮ ਵਢਾਵੈ। ਤੇ ਉਹ ਮਨ ਵਿੱਚ ਸੋਚਦਾ ਵੀ ਮੈਂ ਲਾਹੌਰ ਤੋਂ ਚੱਲਾਂਗਾ ਕਿਸੇ ਦਿਨ, ਅਤੇ ਗੋਇੰਦਵਾਲ ਸਾਹਿਬ ਉਹਨਾਂ ਦੇ ਦਰਸ਼ਨ ਕਰਾਂਗਾ ਜਾ ਕੇ। ਗੱਜ ਕੇ ਆਖੋ। ਵਾਹਿਗੁਰੂ। ਮੈਂ ਉਹਨਾਂ ਦੇ ਦਰਸ਼ਨ ਕਰਾਂਗਾ ਜਾ ਕੇ, ਇਮ ਨਿਸ਼ਚੇ ਕਰ ਪ੍ਰੇਮ ਵਢਾਵੈ ਹੈ। ਇਹ ਗੱਲ ਉਹ ਰੋਜ਼ ਹੀ ਸੋਚਦਾ ਜੀ, ਹੁਣ ਸਿਆਸੀ ਬੰਦਾ ਅਕਬਰ ਉਹਦੇ ਕੋਲੋਂ ਰੋਜ਼ ਨਹੀਂ, ਵਾਹਿਗੁਰੂ ਚਾਹ ਕੇ ਵੀ ਨਹੀਂ ਆ ਸਕਦਾ ਜੀ, ਟਾਈਮ ਨਹੀਂ ਹੁੰਦਾ ਜੀ ਇਹਨਾਂ ਲੀਡਰਾਂ ਕੋਲੋਂ। ਪਰ ਸਮਾਂ ਬਣਿਆ, ਅਕਬਰ ਫਿਰ ਗੁਰੂ ਘਰ ਵਿੱਚ ਆਇਆ ਅਤੇ ਨੀਵਾਂ ਹੋ ਕੇ ਆਇਆ ਜੀ। ਕਿਉਂ? ਜਿਹੜੇ ਸਾਹਮਣੇ ਬੈਠੇ ਉਹਨਾਂ ਵਿੱਚ ਕਮਾਈ ਸੀਗੀ ਜੀ, ਉਹਨਾਂ ਵਿੱਚ ਭਜਨ ਸੀ, ਸਿਮਰਨ ਸੀ ਉਹਨਾਂ ਵਿੱਚ। ਹਾਂਜੀ, ਬਸੀ ਖੱਤਰੀ ਗੰਗੋ ਨਾਮਾ, ਧਨ ਵਿਵਹਾਰ ਕਰਨ ਤੇ ਕਾਮਾ। ਇੱਥੋਂ ਫਿਰ ਸਾਖੀ ਅੱਗੋਂ ਦੂਜੀ ਤੁਰ ਪੈਂਦੀ ਹੈ, ਅਤੇ ਉਹ ਸਾਖੀ ਸਾਰੀ ਜੇ ਆਪਾਂ ਕੱਲ੍ਹ ਹੀ ਸੁਣੀਏ ਤਾਂ ਜ਼ਿਆਦਾ ਆਨੰਦ ਆਏਗਾ, ਨਹੀਂ ਤਾਂ ਅੱਧੀ ਪਚੱਧੀ ਅੱਜ ਹੋਏਗੀ, ਅੱਧੀ ਕੱਲ੍ਹ ਹੋਏਗੀ। ਗੰਗੋ ਸ਼ਾਹ ਇੱਕ ਖੱਤਰੀ ਹੁੰਦਾ, ਉਹ ਬੜਾ ਹੀ ਗਰੀਬ ਹੁੰਦਾ,
ਗੁਰੂ ਸਾਹਿਬ ਨੇ ਉਹਨੂੰ ਇੰਨਾ ਅਮੀਰ ਕਰਨਾ ਹੈ, ਉਹਨੇ ਦੂਜਿਆਂ ਨੂੰ ਵੀ ਮਾਇਆ ਵੰਡਿਆ ਕਰਨੀ ਜੀ। ਭੁਗਤ ਮੁਕਤ ਸਭ ਗੁਰੂ ਲੱਗ, ਭੁਗਤੀਆਂ ਮੁਕਤੀਆਂ ਇਹ ਗੁਰੂ ਜੀ ਦੇ ਚਰਨਾਂ ਵਿੱਚ ਹਨ। ਸੋ ਆਪਾਂ ਆਪਣੇ ਗੁਰੂ ਜੀ ਦਾ ਸਿਮਰਨ ਕਰਨਾ, ਗੁਰੂ ਜੀ ਨੂੰ ਚੇਤੇ ਕਰਨਾ, ਗੁਰੂ ਜੀ ਨੂੰ ਸਤ ਕਰਕੇ ਪਰਮੇਸ਼ਰ ਮੰਨਣਾ ਜੀ। ਕੀ ਮੰਨਣਾ? ਸਤ ਕਰਕੇ ਪਰਮੇਸ਼ਰ ਮੰਨਣਾ। ਭੱਟ ਜੀ ਕਹਿੰਦੇ ਹੈ, ਕਹਿੰਦੇ ਹੇ ਮੇਰੇ ਮਨਾ, ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ। ਫਿਰ ਪੰਗਤੀ ਸੁਣਿਓ, ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ। ਕਹਿੰਦੇ ਹੇ ਮੇਰੇ ਮਨਾ, ਆਪਣੇ ਮਨ 'ਚ ਗੁਰੂ, ਧੰਨ ਗੁਰੂ ਸਾਹਿਬ, ਧੰਨ ਗੁਰੂ ਸਾਹਿਬ, ਧੰਨ ਗੁਰੂ ਸਾਹਿਬ ਜਪਿਆ ਕਰ। ਪਰ ਕਿਵੇਂ? ਸਤ ਕਰਕੇ ਪਰਮੇਸ਼ਰ ਮੰਨਣਾ, ਸਮਝਣਾ, ਮੰਨਣਾ ਹੈ। ਸਾਡੇ ਗੁਰੂ ਸਾਹਿਬ ਆਪ ਰੱਬ ਧਰਤੀ 'ਤੇ ਆਏ ਹੈ। ਜਿਹੜਾ ਮੰਨਦਾ ਉਹਦੇ 'ਤੇ ਮਿਹਰ ਹੁੰਦੀ, ਉਹਦੇ 'ਤੇ ਬਖਸ਼ਿਸ਼ ਹੁੰਦੀ, ਉਹਦੇ 'ਤੇ ਕਿਰਪਾ ਹੁੰਦੀ ਹੈ। ਸੋ ਪੰਗਤੀ ਪੜ੍ਹੋ, ਫਿਰ ਦਾਸ ਖਿਮਾ ਮੰਗੇ। ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ। ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ। ਪ੍ਰੇਮ ਨਾਲ ਗੱਜ ਕੇ ਕੋਈ ਰਸਨਾ ਬਾਂਧੀ ਨਾ ਰਹੇ। ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ। 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 ਆਪਣੇ ਮਨ 'ਚ ਭਾਵਨਾ ਵਧਾ ਕੇ, ਪ੍ਰੇਮ ਵਧਾ ਅਤੇ ਗੱਜ ਕੇ ਕਹੋ, ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ। ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ। ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ। ਇਹ ਕਿਹਨੂੰ ਕਹਿਣਾ? ਮਨ ਨੂੰ ਕਹਿਣਾ। ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ। 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 ਜਿਹੜਾ ਆਪਣੇ ਗੁਰੂ ਜੀ ਨੂੰ ਸਤ ਕਰਕੇ ਮੰਨੇਗਾ, ਪਰਮੇਸ਼ਰ ਦਾ ਰੂਪ ਮੰਨੇਗਾ, ਫਿਰ ਗੁਰੂ ਸਾਹਿਬ ਮਿਹਰ ਕਰਦੇ, ਅੰਦਰ ਖੁੱਲੀਆਂ ਨਾਮ ਦੀਆਂ ਦਾਤਾਂ ਦਿੰਦੇ ਹੈ।
ਸਤਿਗੁਰ ਦਾਤਾ ਹਰ ਨਾਮ ਕਾ। ਅਸਲ ਵਿੱਚ ਜਿਹੋ ਜਿਹੀ ਬੰਦੇ ਦੀ ਇੱਛਾ ਹੋਵੇ ਨਾ, ਗੁਰੂ ਸਾਹਿਬ ਉਹੋ ਜਿਹੀ ਦਾਤ ਦਿੰਦੇ ਹੈ। ਜੇ ਕੋਈ ਨਾਮ ਜਪਣਾ ਚਾਹੁੰਦਾ ਤੇ ਗੁਰੂ ਨੂੰ ਪਾਰ ਬ੍ਰਹਮ ਪਰਮੇਸ਼ਰ ਕਰਕੇ ਬੇਨਤੀਆਂ ਕਰਦਾ, ਫਿਰ ਮਹਾਰਾਜ ਨਾਮ ਦੀਆਂ ਹੀ ਦਾਤਾਂ ਦਿੰਦੇ ਜੀ। ਮਾਈ ਦਾਸ ਵੈਸ਼ਨੋ ਨੂੰ ਦਿੱਤੀਆਂ ਨਾ, ਮਾਣਕ ਚੰਦ ਜੀ ਨੂੰ ਦਿੱਤੀਆਂ। ਜਿਹੜਾ ਦੂਜੀਆਂ ਚੀਜ਼ਾਂ ਮੰਗਦਾ ਮਹਾਰਾਜ ਦੂਜੀਆਂ ਵੀ ਦੇ ਦਿੰਦੇ ਆ। ਸੋ ਸੱਚੇ ਪਾਤਸ਼ਾਹ ਕਿਰਪਾ ਕਰਨ, ਬਖਸ਼ਿਸ਼ਾਂ ਕਰਨ, ਮਿਹਰਾਂ ਕਰਨ, ਸਾਡੇ 'ਤੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਸਤਿਕਾਰ ਨਾਲ ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕਹਾ